लुधियाना एसटीएफ पुलिस ने गुप्त सूचना के आधार पर दो हवलदारों समेत एक औरत को करीब 12 ग्राम हेरोइन और 10 ग्राम चरस समेत काबू करने का दावा किया है। मामले की पूरी जानकारी देते हुए जांच अधिकारी एएसआई जगतार सिंह ने बताया कि कत्ल केस में बंद हवालाती जेल के अंदर से ही फोन पर अपनी घरवाली और दो पुलिस मुलाजिमों को नशा बेचने की हिदायतें देता था और पुलिस मुलाजिम भी वर्दी की आड़ में नशा बेचने का नाजायज धंधा करते थे। तीनों के खिलाफ मामला दर्ज कर रिमांड हासिल किया गया है और गंभीरता से तहकीकात की जाएगी। मामले संबंधी जानकारी देते हुए उन्होंने और क्या कुछ कहा, आइए आप भी सुनिए। ਜਿਹੜੇ ਦੋ ਪੁਲਿਸ ਮੁਲਾਜ਼ਮ ਫੜੇ ਨੇ, ਇੱਕ ਇਹਨਾਂ ਦੇ ਨਾਲ ਲੇਡੀਜ਼ ਆ ਅੰਜੂ ਭਾਰਤੀ, ਤਿੰਨ ਨੇ, ਇੱਕ ਦੋ ਪੁਲਿਸ ਮੁਲਾਜ਼ਮ ਨੇ ਧਰਮਿੰਦਰ ਅਤੇ ਗੁਰਪ੍ਰੀਤ, ਅਤੇ ਇੱਕ ਇਹਨਾਂ ਦੇ ਨਾਲ ਲੇਡੀਜ਼ ਆ ਅੰਜੂ ਭਾਰਤੀ। ਇਹ ਤਿੰਨੇ ਮਤਲਬ ਨਸ਼ਿਆਂ ਦਾ ਕੰਮ ਕਰਦੇ ਸੀਗੇ, ਉਹਨਾਂ ਨੂੰ ਨਸ਼ੇ ਦੇ ਸੰਬੰਧ ਵਿੱਚ ਇਹ ਗ੍ਰਿਫਤਾਰ ਕੀਤਾ। ਇਹ ਕਿੱਦਾਂ ਇਹਨਾਂ ਦਾ ਮੇਲ ਹੋਇਆ ਜੀ, ਕਿੱਦਾਂ ਇਹ ਵੇਚਣ ਲੱਗ ਗਏ? ਇਹਨਾਂ ਦਾ ਮੇਲ ਇੱਕ ਬੱਬੂ ਭਾਰਤੀ ਆ, ਜਿਹੜਾ ਕੇਂਦਰੀ ਜੇਲ੍ਹ ਲੁਧਿਆਣੇ ਦੇ ਵਿੱਚ ਬੰਦ ਆ, ਉਹ 302 ਦੇ ਮੁਕੱਦਮੇ ਦੇ ਵਿੱਚ ਪਹਿਲਾਂ ਹੀ ਉਹਨੂੰ ਇਹ ਮਤਲਬ ਆਉਂਦੇ ਜਾਂਦੇ ਮਤਲਬ ਮਿਲਦੇ ਜਦੋਂ ਭਾਰ ਚਲਾਣ ਚਲਾਣੀ ਡਿਊਟੀ ਲੈ ਕੇ ਆਉਂਦੇ ਨੇ, ਉਹਨੂੰ ਕਿ ਹੋਰ ਨਾਲ ਜਿਹੜੇ ਮੁਲਾਜ਼ਮ ਨੇ ਉਹਨਾਂ ਨਾਲ ਇਹਦਾ ਮੇਲ ਜੋਲ ਹੋ ਗਿਆ, ਤਾਂ ਕਰਕੇ ਫਿਰ ਇਹ ਉਹਨੂੰ ਮਿਲ ਕੇ ਉਹ ਇਹਨੂੰ ਫੋਨ ਦੇ ਉੱਪਰ ਮਤਲਬ ਨਿਰਦੇਸ਼ ਦਿੰਦਾ ਹੈ। ਠੀਕ ਨੇ, ਨਿਰਦੇਸ਼ ਦੇਣ ਤੋਂ ਬਾਅਦ ਫਿਰ ਇਹ ਮਤਲਬ ਇਹ ਉਹਦੇ ਨਾਲ ਕੰਮ ਕਰਦੇ। ਲੁਧਿਆਣਾ ਸੇ ਵਿਕਾਸ ਭਾਂਬਰੀ ਕੀ ਰਿਪੋਰਟ, ਸਿਟੀ ਹੋਮ ਨਿਊਜ਼।